ਪੰਜਾਬ 'ਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਨੇ ਅਤੇ ਲੁਟੇਰਿਆਂ ਦੇ ਹੌਸਲੇ ਆਏ ਦਿਨ ਇੰਨੇ ਬੁਲੰਦ ਹੁੰਦੇ ਜਾ ਰਹੇ ਨੇ ਕਿ ਹੁਣ ਉਹ ਲੁੱਟ ਦੀ ਵਾਰਦਾਤ ਨੂੰ ਸ਼ਰੇਆਮ ਅੰਜਾਮ ਦੇਣ ਲੱਗ ਪਏ ਨੇ। ਅਜਿਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਸਕਾਰਪੀਓ ਗੱਡੀ ਵਿੱਚ ਸਵਾਰ 4 ਲੋਕਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ 8 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਮਨਪ੍ਰੀਤ ਨਾਮ ਦਾ ਵਿਅਕਤੀ ਆਪਣੀ ਗੱਡੀ ਤੋਂ ਬਠਿੰਡਾ ਹੁੰਦੇ ਹੋਏ ਮਲੋਟ ਆਪਣੇ ਘਰ ਜਾ ਰਿਹਾ ਸੀ ਤਾਂ ਬਠਿੰਡਾ ਦੇ ਬਰਨਾਲਾ ਰੋਡ ਤੇ ਬਣੇ ਚੌਂਕ ਤੇ ਸਕਾਰਪੀਓ ਗੱਡੀ ਵਿੱਚ ਸਵਾਰ 4 ਵਿਅਕਤੀਆਂ ਨੇ ਉਸ ਤੋਂ ਅੱਗੇ ਜਾਣ ਦਾ ਰਸਤਾ ਪੁੱਛਿਆ, ਜਿਸ ਤੋਂ ਬਾਅਦ ਉਹ ਮਨਪ੍ਰੀਤ ਦੀ ਗੱਡੀ ਵਿੱਚੋਂ 8 ਲੱਖ ਰੁਪਏ ਦਾ ਬੈਗ ਖੋ ਕੇ ਫਰਾਰ ਹੋ ਗਏ। ਇਸ ਮਾਮਲੇ ਬਾਰੇ DSP ਸਰਵਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਪੀੜਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਕੋਈ ਸੁਰਾਗ ਹੱਥ ਲੱਗ ਸਕੇ। ਸਾਡੇ ਨੋਟਿਸ 'ਚ ਆਇਆ ਹੈ, ਉਹ ਤੇ ਸਾਨੂੰ ਉਸ ਮੁੰਡੇ ਨੇ ਦੱਸਿਆ ਜਿਹੜਾ ਆਪਣੇ ਸੁਨਾਹ ਦਾ ਮੁੰਡਾ ਹੈ ਕਿ ਉਹ 8 ਲੱਖ ਰੁਪਈਆ ਲੈ ਕੇ ਆ ਰਿਹਾ ਸੀਗਾ। ਉਹਨੂੰ 4 ਮੁੰਡੇ ਜਿਹੜੇ ਨੇ ਉਹ ਸਕਾਰਪੀਓ ਗੱਡੀ ਜਾ ਰਹੇ ਸੀਗੇ, ਉਹਨਾਂ ਨੇ ਉਹਨੂੰ ਬੁਲਾ ਕੇ ਉਦੋਂ ਪੁੱਛਿਆ ਵੀ ਆਹ ਸੜਕ ਕਿਹੜੇ ਪਾਸੇ ਨੂੰ ਜਾਂਦੀ ਹੈ। ਸੋ ਨਾਲ ਦੀ ਨਾਲ ਉਹਨਾਂ ਨੇ ਉਹਦੇ ਕੋਲ ਬੈਗ ਸੀਗਾ, ਉਹ ਬੈਗ ਖੋ ਕੇ ਜਿਹੜਾ ਉਹਦਾ ਲੈ ਗਏ ਨੇ। ਉਹਦੇ ਬਾਰੇ ਸਾਰੀ ਸਾਡੀਆਂ ਜਿਹੜੀਆਂ ਟੀਮਾਂ ਬਣਾ ਕੇ ਉਹ ਸਾਰੀਆਂ ਅਸੀਂ ਤਹਿਕੀਕਾਤ ਕਰ ਰਹੇ ਹਾਂ ਵੀ ਹੈ ਕੀ ਇਹ ਮੈਟਰ, ਕਿਸ ਤਰ੍ਹਾਂ ਹੋਇਆ ਹੈ। ਕਿਹੜੀ ਗੱਡੀ ਸੀ ਸਰ ਜਿਹੜੀ? ਇਹ ਗੱਡੀ ਉਹਨਾਂ ਕੋਲ ਸਕਾਰਪੀਓ ਗੱਡੀ ਆ, ਬਲੈਕ ਕਲਰ ਦੀ। ਅਤੇ ਰਹਿਣ ਵਾਲੇ ਕਿੱਥੋਂ ਦੇ ਆ? ਇਹ ਮਲੋੜ ਦਾ ਮੁੰਡਾ ਰਹਿਣ ਵਾਲਾ। ਆਪਣੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਚੱਲ? ਸਾਡੇ ਕੋਲ ਜਿਹੜੀਆਂ ਅਸੀਂ 5-6 ਟੀਮਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਹੀ ਆ, ਬਣਾ ਕੇ ਅਸੀਂ ਇਹ ਜਿਹੜੀਆਂ ਡਿਸਪੈਚ ਕਰ ਦਿੱਤੀਆਂ। ਟੀਮਾਂ ਮਤਲਬ ਕਿ ਵੱਖ ਵੱਖ ਕਿਊਰੀਆਂ 'ਤੇ ਸਾਰੀਆਂ ਦੇ ਕੰਮ ਕਰ ਕਰਨਗੇ। ਕੈਮਰੇ ਵਗੈਰਾ ਵੀ ਅਸੀਂ ਚੈੱਕ ਕਰ ਰਹੇ ਹਾਂ, ਉਹ ਸਾਰੇ ਜਿਹੜੇ ਪੁਰਾਣੇ ਬੰਦੇ ਜਿਹੜੇ ਨੇ ਉਹਨਾਂ ਨੂੰ ਵੀ ਅਸੀਂ ਸਾਰਾ ਬੁਲਾ ਕੇ ਜਿਹੜਾ ਹੈ ਨਾ ਰਾਊਂਡ ਅਪ ਕਰਕੇ ਪੁੱਛਗਿੱਛ ਕਰਾਂਗੇ। ਬਠਿੰਡਾ ਤੋਂ ਵਿਨੋਦ ਬਾਂਸਲ ਦੀ ਰਿਪੋਰਟ, ਚੈਨਲ ਪੰਜਾਬ।